ਜਿਹੜੇ ਲਫ਼ਜ਼ ਨੇ ਜਿਹੜਾ ਵਾਕ ਹੈ ਜਿਹੜੇ ਪਹਿਰੇ ਨੇ ਇਹਨਾਂ ਨੂੰ ਮੰਜੇ ਦੀ ਦੌਣ ਵਾਂਗ ਕਸਣਾ ਪੈਂਦਾ ਔਰ ਮੰਜਾ ਬੁਣਣ ਵਾਂਗ ਬੁਣਨਾ ਪੈਂਦਾ ਜਾਂ ਜਿਵੇਂ ਮੀਡੀਆਂ ਗੁੰਦੀਆਂ ਉਸ ਤਰ੍ਹਾਂ ਗੁੰਦਣਾ ਪੈਂਦਾ ਪਾਠਕ ਦੀ ਕੀ ਮਜਬੂਰੀ ਆ ਤੁਹਾਡਾ ਲੰਬਾ ਗੁੰਝਲਦਾਰ ਵਾਕ ਪੜੂ ਆ ਉਹ ਤਾਂ ਉਹ ਵਾਕ ਪੜੂ ਆ ਜਿਹੜਾ ਵਾਕ ਸਹਿਜ ਨਾਲ ਹੀ ਉਹਨੂੰ ਸਮੋਂਦਾ ਜਾਊਗਾ ਉਹਦੇ ਮਨ ਚ ਆਉਂਦਾ ਜਾਊਗਾ ਉਹ ਐਨੇ ਮੋਬਾਈਲ ਮੈਨੂੰ ਸਮਝ ਨਹੀਂ ਆਉਂਦੀ ਐਡਾ ਕੀ ਹੈ ਇਹਨਾ ਮੋਬਾਈਲਾਂ ਮੇਰਾ ਗੱਡਾ ਖੜਾ ਤੁਹਾਡਾ ਬਈ ਐਨੇ ਮੋਬਾਈਲ ਪੰਜਾਬ ਦੇ ਵਿੱਚ ਅਜੇ ਕਹਿੰਦੇ ਇਹ ਵੀ ਮੋਬਾਈਲ ਹੋਰ ਬਣਣੇ ਆ ਸਰਕਾਰ ਨੇ ਜਿਹੜੀ ਲਖਨਪੁਰ ਪ੍ਰਕਰਿਆ ਨਾ ਮੇਰੀ ਜਦੋਂ ਮੈਂ ਕਾਲਜ ਦੇ ਵਿੱਚ ਦਾਖਲ ਹੋਇਆ 1956 ਦੇ ਵਿੱਚ ਜੁਲਾਈ ਦੇ ਮਹੀਨੇ ਪੰਜਾਬੀ ਦੇ ਪ੍ਰੋਫੈਸਰ ਜਿਹੜੇ ਸੀਗੇ ਉਹਨਾਂ ਨੇ ਸਾਨੂੰ ਪੰਜਾਬੀ ਪੜ੍ਹਨ ਵਾਲਿਆਂ ਨੂੰ ਕਿਹਾ ਕਿ ਤੁਸੀਂ ਇੱਕ ਲੇਖ ਲਿਖ ਕੇ ਦਿਖਾਓ ਮੈਨੂੰ ਚਲੋ ਤੁਹਾਨੂੰ ਇੱਕ ਦਿਨ ਦਿੱਤਾ ਤੁਸੀਂ ਲੇਖ ਲਿਖ ਲਿਓ ਕੱਲ ਨੂੰ ਆ ਕੇ ਮੈਂ ਦੇਖੂਗਾ ਤੇ ਤੁਸੀਂ ਸੁਣਾਉਣਾ ਹੋਊਗਾ ਕਾਲਜ ਵਿੱਚ ਮੇਰਾ ਪਹਿਲਾ ਦਿਨ ਉਦੋਂ ਮਾਹੌਲ ਸੀਗਾ ਪੰਜਾਬੀ ਸੂਬੇ ਦੀ ਐਜੀਟੇਸ਼ਨ ਚੱਲ ਰਹੀ ਤੇ ਜਿਹੜੇ ਸਿੱਖਾਂ ਦੇ ਬੱਚੇ ਸੀ ਉਹ ਪੰਜਾਬੀ ਪੜ੍ਹਦੇ ਸੀ ਗਰ ਸਿੱਖਾਂ ਦੇ ਜਿਹੜੇ ਬੱਚੇ ਸੀਗੇ ਉਹ ਆਮ ਤੌਰ ਤੇ ਹਿੰਦੀ ਬੜਦੇ ਸੀਗੇ ਤੇ ਇਸ ਤਰ੍ਹਾਂ ਦਾ ਉਦੋਂ ਦਾ ਮਾਹੌਲ ਬਣਿਆ ਹੋਇਆ ਸੀਗਾ ਬਲਕਿ ਉਹਦਾ ਪੰਜਾਬੀ ਆਪਣੀ ਮਾਂ ਮਾਂ ਬੋਲੀ ਵੀ ਪੰਜਾਬੀ ਦੀ ਥਾਂ ਤੇ ਹਿੰਦੀ ਲਹੁੰਦੇ ਸੀਗੇ ਤੋਂ ਪਿੰਡਾਂ ਪੋਂ ਉਹਨਾਂ ਦੇ ਸੀਗੇ ਸਾਰੇ ਉਹ ਲੇਖ ਜਦੋਂ ਮੈਂ ਉਹ ਪੜ੍ਹ ਕੇ ਸੁਣਾਉਣ ਲੱਗਿਆ ਥੋੜੇ ਸੀ ਸੀ 15 ਕਿ ਜਣੇ ਹੋਵਾਂਗੇ ਤੇ ਉਹਨਾਂ ਨੇ ਮੇਰੀ ਕਾਪੀ ਫੜ ਲਈ ਪ੍ਰੈਸ ਸਾਹਿਬ ਨੇ ਕਾਪੀ ਫੜ ਕੇ ਤੇ ਉਹ ਸਾਰਾ ਸੁਣਨ ਤੋਂ ਬਾਅਦ ਆਪ ਨਿਗਾਹ ਮਾਰ ਕੇ ਦੇਖੀ ਉਹ ਕਹਿੰਦੇ ਵੀ ਤੂੰ ਪੰਜਾਬੀ ਕਿੱਥੋਂ ਅ ਪੜ੍ਹਨੀ ਸਿੱਖ ਕੇ ਆਇਆ ਮੈਂ ਕਿਹਾ ਜੀ ਉੱਥੇ ਦਾ ਮਾਸਟਰ ਰਾਮ ਸਿੰਘ ਸੀ ਪ੍ਰਾਇਮਰੀ ਸਕੂਲੇ ਵਿੱਚ ਉੱਥੇ ਗਿਆਨੀ ਦਲੀਪ ਸਿੰਘ ਸੀ ਹਾਈ ਸਕੂਲ ਦੇ ਵਿੱਚ ਕਹਿੰਦਾ ਵੀ ਤੇਰਾ ਲੇਖ ਬਹੁਤ ਚੰਗਾ ਲੇਖ ਆ ਇਹ ਤੇ ਅਸੀਂ ਉਹਨੂੰ ਮੈਗਜ਼ੀਨ ਛਾਪਾਂਗੇ ਕਾਲਜ ਦੇ ਮੈਗਜ਼ੀਨ ਜਿਹੜਾ ਸਰਸੜੇ ਉੰਜ ਹੀ ਲਿਖਿਆ ਸੀਗਾ ਮੈਂ ਕਹਾਂ ਜੀ ਇਹ ਲਿਖ ਦੇ ਤਾਂ ਇਹਦੇ ਵਿੱਚ ਕੀ ਤੁਹਾਨੂੰ ਕੀ ਚੰਗਾ ਲੱਗਾ ਮੈਨੂੰ ਤਾਂ ਮੈਂ ਤਾਂ ਮੈਂ ਤਾਂ ਸਧਾਰਨ ਗੱਲਾਂ ਲਿਖੀਆਂ ਨੇ ਉਹ ਕਹਿੰਦੇ ਵੀ ਤੈਨੂੰ ਸ਼ਾਇਦ ਨਾ ਪਤਾ ਹੋਵੇ ਤੂੰ ਇਹਦੇ ਵਿੱਚ ਜਿਹੜਾ ਨਲਕੇ ਤੇ ਆ ਕੇ ਪਾਣੀ ਪੀਤਾ ਉਸ ਪਾਣੀ ਦਾ ਸਵਾਦ ਭਰਿਆ ਉਸ ਨਲਕੇ ਦੀ ਡੰਡੀ ਦੀ ਚੀਕ ਭਰੀ ਹੈ ਤੂੰ ਲਾਂ ਜਿਹੜਾ ਹੈਗਾ ਆਹ ਉਹਦਾ ਦੱਸਿਆ ਵੀ ਹਰਾ ਭਰਾ ਰੰਗ ਉਹ ਵੀ ਭਰਿਆ ਫਿਰ ਤੂੰ ਜਿਹੜੇ ਦੋਨੇ ਗੁੰਮ ਦਾ ਇਹ ਘੰਟਾ ਘਰ ਵਰਗੇ ਦੱਸਿਆ ਤੇ ਫਿਰ ਤੂੰ ਪੋਸ਼ਾਕਾਂ ਦੇ ਰੰਗ ਦੱਸੇ ਕੱਪੜਿਆਂ ਦੇ ਰੰਗ ਦੱਸੇ ਫਿਰ ਤੂੰ ਦਫ਼ਤਰ ਦਾ ਮਾਹੌਲ ਦੱਸਿਆ ਇਹ ਕਹਿੰਦਾ ਕਿ ਇਹ ਲਿਖਣ ਦਾ ਇੱਕ ਚੰਗਾ ਗੁਣ ਹੁੰਦਾ ਮੈਨੂੰ ਉਦੋਂ ਨਹੀਂ ਸੀਗਾ ਪਤਾ ਹੁਣ ਤਾਂ ਮੈਨੂੰ ਸਭ ਕੁਝ ਦਾ ਪਤਾ ਤਜਰਬਾ ਹੋ ਗਿਆ ਕਿ ਵਾਰਤਕ ਦੇ ਵਿੱਚ ਜਿਹੜੀ ਵਾਰਤਾ ਤੁਸੀਂ ਬਿਆਨ ਕਰਨੀ ਹੈ ਉਹਦੇ ਲਈ ਤੁਸੀਂ ਕਿਹੋ ਜਿਹੇ ਸ਼ਬਦ ਚੁਣਨੇ ਨੇ ਸ਼ਬਦ ਤਿੰਨ ਅੱਖਰਾਂ ਵਾਲਾ ਹੋਵੇ ਚਾਰ ਅੱਖਰਾਂ ਵਾਲਾ ਹੋਵੇ ਦੋ ਅੱਖਰਾਂ ਵਾਲਾ ਹੋਵੇ ਕਿਹੋ ਜਿਹਾ ਉਹਦੇ ਨਾਲ ਸਿਹਾਰੀਆਂ ਬਿਹਾਰੀਆਂ ਔਂਕੜ ਹੋੜੇ ਕਨੋੜੇ ਲੱਗੇ ਹੋਣ ਔਰ ਉਸ ਸ਼ਬਦ ਦੇ ਨਾਲ ਦੂਜਾ ਸ਼ਬਦ ਕਿਹੋ ਜਿਹਾ ਹੋਵੇ ਤੀਜਾ ਸ਼ਬਦ ਕਿਹੋ ਜਿਹਾ ਹੋਵੇ ਥੋੜੀ ਵਾਰਤਾ ਕੀ ਮੰਗ ਕਰਦੀ ਆ ਕਿ ਪੰਜਾਂ ਸ਼ਬਦਾਂ ਦਾ ਵਾਕ ਹੋਵੇ ਅੱਠਾਂ ਦਾ ਹੋਵੇ ਦਸਾਂ ਦਾ ਹੋਵੇ ਕਿ ਦੋਂਦਾ ਹੋਵੇ ਤੁਸੀਂ ਕਈ ਹੈਰਾਨ ਹੋਵੋਗੇ ਕਿ ਕੁਝ ਗੱਲਾਂ ਤਾਂ ਗੈਬੀ ਨੇ ਜਿਹੜੀਆਂ ਕਿ ਕੁਦਰਤੋਂ ਮੈਨੂੰ ਇਹ ਆ ਗਈਆਂ ਕੁਝ ਫਿਰ ਮੈਂ ਆਪਣੀ ਮਿਹਨਤ ਦੇ ਨਾਲ ਐਮਏ 'ਚ ਪੜ੍ਹਦੇ ਆ ਇੱਕ ਦਿਨ ਇੱਕ ਪ੍ਰੋਫੈਸਰ ਨੇ ਅ ਇੰਦਰੀਆਂ ਵੀ ਰਸਾਂ ਬਾਰੇ ਲੈਕਚਰ ਦਿੱਤਾ ਜਿਸ ਦਿਨ ਤੋਂ ਪਤਾ ਲੱਗਿਆ ਕਿ ਜਿਹੜੇ ਜੜੀਆਂ ਸਾਡੀਆਂ ਇੰਦਰੀਆਂ ਨੇ ਪੰਜੇ ਸੁਣਨ ਦੀ ਆ ਚੱਖਣ ਦੀ ਆ ਦੇਖਣ ਦੀ ਆ ਸਪਰਸ਼ ਦੀ ਆ ਉਹ ਉਹਦਾ ਬੜਾ ਰੋਲ ਹੁੰਦਾ ਇਹਦੇ ਵਿੱਚ ਮੈਂ ਜਦੋਂ ਨਾਵਲ ਪੜ੍ਹਦਾਂ ਹੁੰਦਾਂ ਸਨ ਰੂਸ ਦੇ ਤਾਂ ਕਈ ਵਾਰੀ ਇਹੋ ਜਿਹਾ ਮਾਹੌਲ ਚਿਤਰਾ ਹੋਣਾ ਨਾਵਲਕਾਰ ਨੇ ਤੇ ਐਂ ਲੱਗਣਾ ਵੀ ਜੇ ਉਹ ਹਨੇਰੇ 'ਚ ਆ ਤਾਂ ਭਾਵੇਂ ਚੰਦ ਨੇ ਪੜ ਰਿਆ ਤਾਂ ਮੈਂ ਵੀ ਹਨੇਰੇ 'ਚ ਆ ਜੇ ਉਸ ਦੇ ਪਾਤਰ ਨੂੰ ਹਮਸ ਦੇ ਵਿੱਚ ਪਸੀਨਾ ਆ ਰਿਹਾ ਤਾਂ ਮੈਂ ਭਾਵੇਂ ਠੰਡ 'ਚ ਬੈਠਾ ਮੈਨੂੰ ਵੀ ਪਸੀਨਾ ਆ ਰਿਹਾ ਉਹ ਹੁਣ ਮੈਂ ਦੇਖਿਆ ਕਿ ਵੀ ਇਹ ਜਿਹੜੀ ਵਾਰਤਕ ਹੈਗੀ ਆ ਉਹਦੇ ਵਿੱਚ ਜਿਹੜੀ ਤੁਸੀਂ ਵਾਰਤਾ ਬਿਆਨ ਕਰਦੇ ਹੋ ਉਥੋਂ ਨੂੰ ਪਤਾ ਹੋਣਾ ਚਾਹੀਦਾ ਮੈਂ ਤਦੇ ਕਹਿਣਾ ਹੁੰਨਾ ਕਿ ਵਾਰਤਕ ਦਾ ਵੀ ਆਪਣਾ ਪਿੰਗਲ ਹੈ ਹੁਣ ਅਕਾਦਮਿਕ ਪੱਖ ਤੋਂ ਗੱਲ ਕਰਨਾ ਥੋੜੇ ਸਤ ਕੰਮ ਨਹੀਂ ਹੋਇਆ ਕਿ ਕਲਾਤਮਕ ਵਾਰਤਕ ਦਾ ਵੀ ਆਪਣਾ ਪਿੰਗਲ ਹੁੰਦਾ ਕੀ ਹੱਸਣਗੇ ਇਸ ਲਈ ਕਵਤਾ ਦਾ ਤਾਂ ਪਿੰਗਲ ਹੁੰਦਾ ਵਾਰਤਕ ਦਾ ਮੈਂ ਕਹਿਣਾ ਹੁੰਦਾ ਤੁਸੀਂ ਮੇਰੀ ਵਾਰਤਕ ਚੋਂ ਲੱਭ ਸਕਦੇ ਆ ਉਹ ਪਿੰਗਲ ਨੂੰ ਬੜੀ ਸੋਹਣੀ ਕੁੜੀ ਖਿੜਕੀ ਪਿੱਛੇ ਬੈਠੀ ਸੀ ਬੜਾ ਪਹਿਲਾ ਫਿਗਰਾ ਹੈਗਾ ਉਹਦੇ ਚ ਜਦੋਂ ਮੈਨੂੰ ਵੀਜ਼ਾ ਮਿਲਦਾ ਤੇ ਮੈਂ ਖਿਆ ਵੀ ਉਹ ਮੈਂ 5-7 ਫਿਗਰਾਂ ਤੋਂ ਬਾਅਦ ਇਹ ਫਿਗਰਾ ਫਾਈਨਲ ਕੀਤਾ ਕਿਉਂ ਉਹਦੇ ਚ ਬੜੀ ਕੁੜੀ ਖਿੜਕੀ ਸਾਰੇ ਜਿਹੜੇ ਅਖਰਾਂ ਦੇ ਚ ਰੜਾੜੇ ਰੜਾੜੇ ਦੀ ਤੁਣੀ ਹੈ ਨਾ ਜਿਹੜੀ ਇਹਦਾ ਮੈਂ ਖਿਆਲ ਰੱਖ ਕੇ ਉਹ ਫਿਗਰਾ ਘੜਿਆ ਸੀ ਫਿਰ ਮੈਂ ਇਹ ਦੇਖਿਆ ਸੀ ਕਿ ਕਿਹੈਸਾ ਦ੍ਰਿਸ਼ਾ ਜਿਹੜਾ ਪਾਠਕ ਦਾ ਧਿਆਨ ਖਿੱਚੇ ਤੁਹਾਡੇ ਵੱਲ ਕੁੜੀ ਦਾ ਵੈਸੇ ਹੀ ਧਿਆਨ ਖਿੱਚਦੀ ਹੈ ਤੇ ਉਹਨੂੰ ਫੇਰ ਖਿੜਕੀ ਦੇ ਵਿੱਚ ਬੈਠੀ ਹੋਵੇ ਹੋਰ ਵੀ ਧਿਆਨ ਖਿੱਚਦੀ ਹੈ ਹੋਵੇ ਵੀ ਬੀ ਸੋਹਣੀ ਹੋਵੇ ਵੀ ਉਹਦੇ ਧੁੱਪ ਵਰਗਾ ਰੰਗ ਹੋਵੇ ਤੇ ਲੰਮੇ ਖੁੱਲੇ ਵਾਲ ਹੋਣ ਮੈਂ ਵੀ ਕਿਹਾ ਮੈਂ ਕਿਹਾ ਵੀ ਉਹ ਇੰਨੀ ਸੋਹਣੀ ਕੁੜੀ ਨਾ ਮਾਡਲ ਸੀ ਇਹ ਤਾਂ ਭਾਵੇਂ ਵੀਜ਼ੇ ਤੋਂ ਜਵਾਬ ਹੀ ਦੇ ਦੇਵੇ ਆਖਾਂਗੇ ਕੋਈ ਨਹੀਂ ਜਵਾਬ ਦਾ ਕਿਸੇ ਮਾੜੇ ਢੀਡੇ ਨਹੀਂ ਦਿੱਤਾ ਕਿ ਬਹੁਤ ਸੋਹਣੀ ਇਹ ਕਿਸੇ ਨੂੰ ਪਾਠਕ ਨੂੰ ਪਕੜਨਾ ਜਿਵੇਂ ਅਸੀਂ ਕਬੱਡੀ ਖੇਡਦੇ ਹਾਂ ਖੜਾਉਂਦੇ ਹਾਂ ਜਫਾ ਲੋਨੇ ਆ ਨਾ ਜਾਫੀ ਉਹਨੂੰ ਫੜਦਾ ਹੈਗਾ ਨਿਆਣਾ ਮਾਰਦਾ ਗੁੱਟ ਫੜਦਾ ਦਿੱਤੀਂ ਪੈਂਦਾ ਕੈਂਚੀ ਮਾਰਦਾ ਉਹ ਤੋਂ ਇਸ ਤਰੀਕੇ ਦੇ ਨਾਲ ਹੁਣ ਮੰਦੋਲੀ ਅਲੀ ਬਾਰੇ ਲਿਖਣ ਲੱਗਾ ਮੈਂ ਦੁਨੀਆ ਦਾ ਸਭ ਤੋਂ ਤਕੜਾ ਮੁਕੇ ਬਾਦ ਦੋ ਤਿੰਨ ਸੈਂਟੈਂਸ ਲਿਖੇ ਮੈਂ ਕਿ ਨਹੀਂ ਇਹ ਮੁਹੰਮਦ ਅਲੀ ਦੇ ਹਾਨਦੇ ਨਹੀਂ ਕਿਵੇਂ ਹੋਣਗੇ ਮੁਹੰਮਦ ਅਲੀ ਬਾਰੇ ਲਿਖਣਾ ਸ਼ਬਦਾਂ ਦੇ ਨਾਲ ਭੜਨਾ ਹੈ ਲਿਖਤਾ ਮੈਂ ਹੈ ਨਹੀਂ ਇਹ ਫਿਕਰ ਨਹੀਂ ਠੀਕ ਲੱਗਿਆ ਜੀ ਇਹ ਠੀਕ ਆ ਉਹ ਭੜਦਾ ਹੀ ਆ ਮਾਮਦ ਅਲੀ ਬਾਰੇ ਲਿਖਣਾ ਸ਼ਬਦਾਂ ਨਾਲ ਮੁਕੇ ਬਾਜੀ ਕਰਨਾ ਹੈ ਮੈਂ ਇਹ ਵੀ ਨਹੀਂ ਠੀਕ ਫਾਈਨਲ ਕਿਤੇ ਕੀ ਹੋਇਆ ਮੁਹੰਮਦ ਅਲੀ ਬਾਰੇ ਲਿਖਣਾ ਲਫਜ਼ਾਂ ਨਾਲ ਕੋਲਣਾ ਹੈ ਲੱਲੇ ਦੀ ਲੱਲੇ ਦੀ ਤੁਣੀ ਅਲੀ ਲਫਜ਼ ਲਿਖਣਾ ਕੋਲਣਾ ਹੁਣ ਕੋਲਣਾ ਜੇ ਥਾਂ ਤੇ ਪੈਣਨਾ ਵੀ ਹੋ ਸਕਦਾ ਸੀ ਔਰ ਲਫਜ਼ਾਂ ਨਾਲ ਸਾਡੇ ਸ਼ਬਦਾਂ ਵੀ ਹੋ ਸਕਦਾ ਸੀ ਪਰ ਸ਼ਬਦਾਂ ਦੇ ਨਾਲ ਉਹ ਗੱਲ ਬਣਨੀ ਨਹੀਂ ਸੀਗੀ ਜਿਹੜੀ ਲੱਲੇ ਦੀ ਧੁਨੀ ਨੂੰ ਤੇ ਚੋਂ ਬਣਾਈ ਕਦ ਭੁੱਲਣ ਗਿਆ ਪਾਣੀ ਦੀਆਂ ਉਹ ਪਰੀਆਂ ਜਿਨ੍ਹਾਂ ਤਾਲ ਕਟੋਰਾ ਤੈਰਨ ਤਲਾ ਦੇ ਨੀਲੇ ਨਿਰਮਲ ਪਾਣੀਆਂ ਨੂੰ ਅੱਗ ਲਾਈ ਰੱਖੀ ਜਾਂ ਬਲਬੀਰ ਹੱਥ ਜਦੋਂ ਬਾਲ ਆਉਂਦੀ ਹੈ ਤਾਂ ਸਾਰਾ ਮੈਦਾਨ ਸਾਰਾ ਸਟੇਡੀਅਮ ਸਭ ਕੁਝ ਹਿੱਲ ਜਾਂਦਾ ਜਿਵੇਂ ਝਖੜ ਦਾ ਤੇਜ ਬੁੱਲਾ ਚ ਫੇਰੇ ਫਿਰ ਗਿਆ ਹੋਵੇ ਤੋ ਇਹ ਜਿਹੜੇ ਲਫ਼ਜ਼ ਨੇ ਜਿਹੜਾ ਵਾਕ ਹੈ ਜਿਹੜੇ ਪੈਰੇ ਨੇ ਇਹਨਾਂ ਨੂੰ ਮੰਜੇ ਦੀ ਦੌਣ ਵਾਂਗ ਕਸਣਾ ਪੈਂਦਾ ਔਰ ਮੰਜਾ ਬੁਣਣ ਵਾਂਗ ਬੁਣਨਾ ਪੈਂਦਾ ਜਾਂ ਜਿਵੇਂ ਮੀਡੀਆਂ ਗੁੰਦੀਆਂ ਉਸ ਤਰ੍ਹਾਂ ਗੁੰਦਣਾ ਪੈਂਦਾ ਤੋ ਕਲਾਤਮਕ ਵਾਰਤਕ ਆ ਨਾ ਜਿਹੜੀ ਬਹੁਤ ਸਾਰੇ ਮੇਰਾ ਖਿਆਲ ਆ ਬਹੁਤ ਵੱਡੀ ਗਿਣਤੀ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਵਾਰਤਕ ਬਾਰੇ ਕਦੇ ਸੋਚਿਆ ਨਹੀਂ ਵੀ ਆਹ ਕੁਛ ਐ ਕਰਨ ਦੀ ਲੋੜ ਹੈਗੀ ਆ ਇਹ ਕਰਨੀ ਬਣਦੀ ਹੈ। ਸਧਾਰਨ ਵਾਰਤਕ ਤਾਂ ਹਰ ਕੋਈ ਲਿਖੀ ਜਾਊਗਾ। ਪਰ ਜਦੋਂ ਤੁਸੀਂ ਸਾਹਿਤਕ ਕਲਾਤਮਕ ਵਾਰਤਕ ਲਿਖਣੀ ਆ ਤੁਹਾਨੂੰ ਮਿਹਨਤ ਕਰਨੀ ਪਊਗੀ। ਤੁਹਾਨੂੰ ਆਪਣਾ ਇੱਕ-ਇੱਕ ਲਫ਼ਜ਼ ਜਿਹੜਾ ਹੈਗਾ ਦੂਜੇ ਲਫ਼ਜ਼ ਦੇ ਨਾਲ ਮੇਲ ਖਾਂਦਾ ਕਿਤੇ ਅੜਕਾਦਾ ਨਹੀਂ। ਅਸਲੀ ਵਾਰਤਕ ਉਹ ਹੈ। ਸੋਹਣੀ ਵਾਰਤਕ ਉਹ ਹੈ ਜਿਹਦੇ 'ਚ ਪਾਣੀ ਵਰਗੀ ਰਵਾਨੀ ਹੋਵੇ। ਪੌਣ ਵਾਂਗ ਰੁਮਕਦੀ ਹੋਵੇ। ਜਿਹਦੇ 'ਚ ਰਾਹ ਦੇ 'ਚ ਕੋਈ ਅੜਕਾ ਨਾ ਹੋਵੇ, ਕੋਈ ਠਹਿਰਾਓ ਨਾ ਹੋਵੇ। ਜਿਹੜੀ ਤੈਰਦੀ ਜਾਵੇ ਪਤਾ ਨਾ ਲਗੇ ਪਾਠਕ ਨੂੰ ਕਿੱਥੇ ਅੜਕਾ ਹੈ ਪਾਠਕ ਦੀ ਕੀ ਮਜਬੂਰੀ ਆ ਤੁਹਾਡਾ ਲੰਬਾ ਗੁੰਝਲਦਾਰ ਵਾਕ ਪੜੂ ਆ ਉਹ ਤਾਂ ਉਹ ਵਾਕ ਪੜੂ ਆ ਜਿਹੜਾ ਵਾਕ ਸਹਿਜ ਨਾਲ ਉਹਨੂੰ ਸਮੋਂਦਾ ਜਾਊਗਾ ਉਹਦੇ ਮਨ ਚ ਆਉਂਦਾ ਜਾਊਗਾ ਤੋਂ ਇਹ ਰੰਗਾਂ ਦੀ ਵਾਰਤਕ ਜਾਣਦੇ ਆ ਪਤਾ ਇਹਨਾਂ ਨੂੰ ਰੰਗਾਂ ਦਾ ਦੇਵ ਹਰਾਂ ਨੂੰ ਕਿ ਰੰਗ ਅਕਾਰ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਕਿਵੇਂ ਵਰਤਣੀ ਹੈ ਤੇ ਕਿਸ ਤਰ੍ਹਾਂ ਮਤਲਬ ਲੋਕਾਂ ਦੀਆਂ ਨਿਗਾਹਾਂ ਦੇ ਵਿੱਚ ਦੀ ਉਸ ਨੂੰ ਪ੍ਰਵਾਨ ਚੜਾਉਣਾ ਇਵੇਂ ਜਿਵੇਂ ਵਾਰਤਕ ਲਿਖਣ ਵਾਲੇ ਨੇ ਕਵੀ ਬਥੇ ਮਿਹਨਤ ਕਰਦੇ ਨੇ ਰੁਬਾਈਆਂ ਲਿਖਣ ਵਾਲੇ ਗ਼ਜ਼ਲਾਂ ਲਿਖਣ ਵਾਲੇ ਹੋਰ ਵੀ ਹਜਾ ਕੁਝ ਐਕਟਿੰਗ ਕਰਨ ਵਾਲੇ ਵੀ ਚਿਹਰੇ ਦੇ ਹਾਵ ਭਾਵ ਦੂਜੇ ਤੀਜੇ ਸੋ ਮੈਂ ਕਿਉਂਕਿ ਪੰਜਾਬੀ ਦੇ ਵਿੱਚ ਕਲਾਤਮਕ ਵਾਰਤਕ ਲਈ ਕਿਉਂਕਿ ਮੇਰਾ ਸਾਰਾ ਕੁਝ ਜੋ ਲਿਖਿਆ ਹੋਇਆ ਵਾਰਤਕ ਦੇ ਵਿੱਚ ਆ ਤੇ ਮੈਂ ਉਹਦੇ ਵਿੱਚ ਜਿਹੜੇ ਕਾਵਿਕ ਅੰਸ਼ ਉਹ ਵੀ ਲੈਂਦੇ ਨੇ ਉਹਦੇ ਵਿੱਚ ਅਲੰਕਾਰ ਵੀ ਲੈਂਦੇ ਨੇ ਜਿਹੜੇ ਅਖਾਣਾ ਮੁਹਾਵਰੇ ਉਹ ਵੀ ਲੈਂਦੇ ਨੇ ਕੰਟਰਾਸਟ ਵੀ ਲੈਂਦੇ ਨੇ ਰੰਗ ਵੀ ਲੈਂਦੇ ਨੇ ਉਹ ਵਾਰਤਕ ਜਿਹੜੀ ਕਿ ਅੱਖਾਂ ਨੂੰ ਵੀ ਚੰਗੇ ਲੱਗੇ ਜਿਹਦੇ ਵਿੱਚ ਆਕਾਰ ਹੋਣ ਰੰਗ ਹੋਣ ਉਹਦੇ ਵਿੱਚ ਉਹ ਨੱਕ ਨੂੰ ਵੀ ਚੰਗੇ ਲੱਗੇ ਉਹਦੇ ਵਿੱਚ ਮਹਿਕਾ ਹੋਣ ਸੁਗੰਧੀਆਂ ਹੋਣ ਖੁਸ਼ਬੂ ਹੋਵੇ ਔਰ ਉਹ ਵੀ ਕਿ ਜਿਹਦੇ ਵਿੱਚ ਸਪਰਸ਼ ਹੋਵੇ ਲਗੇ ਵੀ ਹਾਂ ਇਹ ਤਾਂ ਮੇਰੇ ਨਾਲ ਖਹਿ ਕੇ ਲੰਘ ਰਹੀ ਆ ਲਫਜ਼ ਤਾਂ ਮੇਰੇ ਨਾਲ ਖਹਿ ਕੇ ਲੰਘ ਰਹੀ ਆ ਮੈਨੂੰ ਸਪਰਸ਼ ਦੇ ਕੇ ਲੰਘ ਰਹੀ ਆ ਤੋਂ ਇਸ ਤਰ੍ਹਾਂ ਦੀ ਬਾਰਤਕ ਜਿਹੜੀ ਹੈਗੀ ਆ ਪੰਜਾਬੀ ਦੇ ਵਿੱਚ ਕੋ ਸੱਜਣ ਲਿਖ ਰਹੇ ਆ ਬਹੁਤ ਚੰਗੀ ਗੱਲ ਆ ਅੱਖਰ ਲੇਹੇ ਜਾਂਦੇ ਨਹੀਂ ਅੱਖਰ ਉਠਾਲੇ ਜਾਂਦੇ ਨਹੀਂ ਮੇਰੇ ਬਾਪ ਨੇ ਕਰਦਿਆ ਨੇ ਮੈਨੂੰ ਪ੍ਰਾਇਮਰੀ ਸਕੂਲ 'ਚ ਪੜਨ ਲਾਤਾ ਉੱਥੇ ਬੰਨਦੇ ਉਦੋਂ ਦਾ ਹਾਈ ਸਕੂਲ 'ਚ ਪੜਨ ਲਾਤਾ ਫਿਰ ਕਾਲਜ ਪੜਨ ਦਾ ਮੌਕਾ ਮਿਲ ਗਿਆ ਫਿਰ ਦਿੱਲੀ ਪਹੁੰਚਣ ਦਾ ਮੌਕਾ ਮਿਲ ਗਿਆ ਫਿਰ ਖਿਡਾਰੀਆਂ ਨੂੰ ਮਿਲਦਾ ਮਿਲਖਾ ਸਿੰਘ ਤੋਂ ਲੈ ਕੇ ਪੁਰਦਮਨ ਸਿੰਘ ਦੂਜੇ ਤੀਜੇ ਉਹ ਦਿੱਲੀ ਯੂਨੀਵਰਸਿਟੀ ਦੇ ਐਥਲੀਟ ਅਸੀਂ ਜਾਂਦੇ ਹੁੰਦੇ ਸੀ ਨੈਸ਼ਨਲ ਸਟੇਡੀਅਮ ਤੇ ਉਹਨਿਸੋ 62 ਦੀਆਂ ਜਕਾਰਟਾ ਦੀਆਂ ਖੇਡਾਂ ਵਾਸਤੇ ਕੈਂਪ ਲੱਗਾ ਹੋਇਆ ਸੀ ਔਰ ਉੱਥੇ ਉਹਨਾਂ ਨੂੰ ਵੇਣ ਦਾ ਮੌਕਾ ਮਿਲ ਗਿਆ ਉਹਨਾਂ ਬਾਰੇ ਲਿਖਣ ਦਾ ਸਵਾਬ ਇਹ ਬਣਿਆ ਕਿ ਬਲਵੰਤ ਗਾਰਗੀ ਨੇ ਲੇਖਾਂ ਦੇ ਦੇਖਾ ਜਿੱਤਰ ਲਿਖੇ ਬੜੇ ਚੰਗੇ ਲੱਗੇ ਮੈਂ ਕਿਹਾ ਆਪਾਂ ਖਿਡਾਰੀਆਂ ਦੇ ਲਿਖੋ ਖਿਡਾਰੀਆਂ ਦੇ ਲਿਖਣ ਲੱਗ ਪਏ ਤੋਂ ਇਸ ਤਰੀਕੇ ਦੇ ਨਾਲ ਇਹ ਕੰਮ ਚੱਲਦਾ ਰਿਹਾ ਫਿਰ ਕਿਸੇ ਨੇ ਮਿਹਣਾ ਮਾਰਤਾ ਯਾਰ ਕੋਈ ਕੋਈ ਸਾਇਤਕ ਗੱਲ ਵੀ ਕਰੋ ਮੈਂ ਹਸਤ ਦੇ ਗੱਲ ਕਿਹੋ ਜੀ ਹੁੰਦੀ ਆ ਮੈਂ ਹਸਤਕਾਰਾਂ ਦੇ ਲਿਖਦੇ ਆ ਰੇਖਾ ਚਿੱਤਰ ਕਹਿੰਦੇ ਲਿਖੋ ਫਿਰ ਪੰਜਾਬ ਦੇ ਕੋਹੇ ਨੂਰ ਲੜੀ ਦੇ ਵਿੱਚ ਤਿੰਨ ਕਿਤਾਬਾਂ ਤਾਂ ਆ ਚੁੱਕੀਆਂ ਭਾਗ ਪਹਿਲਾ ਦੂਜਾ ਤੀਜਾ ਔਰ ਉਹਦੇ ਵਿੱਚ ਖਿਡਾਰੀਆਂ ਦੇ ਤਾਂ ਰੇਖਾ ਚਿੱਤਰ ਸੀਮਤ ਨੇ 2-2000 ਲਫ਼ਜ਼ਾਂ ਤੱਕ ਸੀਮਤ ਹੋਣਗੇ ਪਰ ਇੱਥੇ ਮੈਂ ਖੁੱਲ੍ਹ ਲਈ ਜੇ ਡਾਕਟਰ ਰੰਧਾਵਾ ਦਾ ਲਿਖਿਆ ਤਾਂ 10-15000 ਦਾ ਡਾਕਟਰ ਜੌਹਲ ਦਾ ਲਿਖਿਆ ਤਾਂ 20000 ਦਾ ਬਲਬੀਰ ਸਿੰਘ ਦਾ ਲਿਖਿਆ ਤਾਂ 25000 ਦਾ ਤੇ ਜਦੋਂ ਵਿਰਿਆਮ ਸੰਧੂਆ ਲਿਖਿਆ ਤਾਂ ਇਹ 50000 ਲੱਭ ਜਾਂਦਾ ਹੋਊਗਾ ਹੋਊਗਾ ਮੈਨੂੰ ਲੱਗਦਾ 50 ਨਹੀਂ ਤਾਂ ਚਲੋ 40000 ਲੱਭ ਜਾਂਦਾ ਤਾਂ ਹੋ ਗਿਆ ਹੋਊਗਾ ਤੋਂ ਉਹਦੇ ਚ 9 ਪਹਿਲੇ ਭਾਗ ਚ 8 ਦੂਜੇ ਭਾਗ ਚ 6 ਤੀਜੇ ਭਾਗ ਚ 7 8 ਚੌਥੇ ਭਾਗ ਚ ਹੋ ਕੇ ਮੈਂ ਕੰਪਲੀਟ ਕਰ ਨੂੰ 30 ਜਿਹੜੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਕਮਾਲ ਦੇ ਬੰਦੇ ਨੇ ਪਾਵੇਂ ਉਹ ਬਲਬੀਰ ਸਿੰਘ ਆ ਭਾਵੇਂ ਮਿਲਖਾ ਸਿੰਘ ਆ ਬਾਬਾ ਫੌਜਾ ਸਿੰਘ ਆ ਭਾਵੇਂ ਉਹ ਬਲਵੰਤ ਗਾਰਗੀ ਆ ਭਾਵੇਂ ਡਾਕਟਰ ਭਜਨ ਸਿੰਘ ਆ ਭਾਵੇਂ ਪਾਪਾ ਪ੍ਰੀਤਮ ਸਿੰਘ ਆ ਪਾਵੇਂ ਉਹਦੇ ਚ ਜਰਨੈਲ ਸਿੰਘ ਫੁੱਟਬਾਲਰ ਆ ਭਾਵੇਂ ਸੰਤਰਾਮੁਦਾਸੀ ਆ ਜਾਂ ਇਕਬਾਲਮਾਲ ਹੈਗਾ ਜਾਂ ਅਜਮੇਰ ਔਲਖ ਹੈ ਜਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਾਂ ਕਵੀਸ਼ਰ ਆ ਪਾਰਸ ਵਰਗੇ ਰਣਜੀਤ ਸਿੰਘ ਸਧਵਾ ਵਰਗੇ ਤੇ ਹੋਰ ਉਹਨਾਂ ਦੇ ਮੈਂ ਭਰਮੇ ਦੇਖਾ ਚਿੱਤਰ ਲਿਖੇ ਨੇ ਜੀਵਨੀ ਚਿੱਤਰ ਨੇ ਉਹ ਉਹਦੇ ਜੋ ਮੇਰੀ ਵਾਰਤਕ ਦਾ ਰੰਗ ਤੁਸੀਂ ਦੇਖ ਸਕਦੇ ਹੋ ਉਤੋਂ ਦਾ ਹਾਲਾ ਸਕਦੇ ਹੋ ਕਿ ਮੈਨੇ ਰਾ ਖੇਡ ਲਿਖਕੀਆਂ ਕੁਛ ਹੋਰ ਵੀ ਆ ਤੋ ਇਸ ਤਰੀਕੇ ਜਿਹੜੀ ਪਿੰਡਾਂ ਦੀ ਕਮੈਂਟਰੀ ਆ ਸਾਥ ਦੀ ਕਮੈਂਟਰੀ ਉਹ ਮੈਂ ਪਿੰਡ ਦੀ ਸਾਥ ਦੇ ਵਿੱਚੋਂ ਕੀਤੀ ਆ 1984 ਦੇ ਵਿੱਚ ਜੋ ਗੱਲਾਂ 1900 ਉਸ ਦਿਹਾਕੇ ਚ ਹੁੰਦੀਆਂ ਖਾਸ ਕਰਕੇ 1982-84 ਦੌਰਾਨ ਜਿਨ੍ਹਾਂ ਦਿਨਾਂ ਚ ਇਹ ਕਾਲਮ ਸ਼ਬਦ ਆਉਂਦਾ ਸੀ ਮੈਂ ਕਲਮ ਨਵੀਸ ਵੀਰਿਆਂ ਦਾ ਕੌਮੀ ਏਕਤਾ ਦੇ ਵਿੱਚ ਮੈਨੂੰ ਡਾਕਟਰ ਭਜਨ ਸਿੰਘ ਹੋਰ ਨੇ ਲਾਇਆ ਸੀਗਾ ਕੁੰਆਂ ਵਾਸਤੇ ਨਵੀਂ ਜਾਣਕਾਰੀ ਕਿ ਡਾਕਟਰ ਭਜਨ ਸਿੰਘ ਐਡਿਟ ਕਰਦੇ ਹੁੰਦੇ ਸੀਗੇ ਕੌਮੀ ਏਕਤਾ ਰਜਿੰਦਰ ਸਿੰਘ ਪਾਟੇ ਦਾ ਮੈਗਜ਼ੀਨ ਫਿਰ ਸਤਿੰਦਰ ਸਿੰਘ ਨੂਰ ਵੀ ਕਰਦੇ ਰਹੇ ਤੇ ਉਹਨਾਂ ਨੇ ਮੈਨੂੰ ਖੇਡ ਮੈਦਾਨ ਚੋ ਲਿਖਣ ਵਾਸਤੇ ਕਲਮ ਦਿੱਤਾ ਮੈਂ 15 ਸਾਲ ਲਿਖਿਆ ਉਹ ਫਿਰ ਗੁਰਦੇਵ ਸਿੰਘ ਮਾਨ ਕੈਨੇਡਾ ਕੈਨੇਡਾ ਚਲਾ ਗਿਆ ਉਹ ਲਿਖਦਾ ਹੁੰਦਾ ਸੀ ਕੁੰਡਾ ਖੋਲ ਬਸੰਤਰੀਏ ਉਹ ਚੱਲ ਗਿਆ ਲਿਖਣੋਂ ਹਟ ਗਿਆ ਮੈਨੂੰ ਕਹਿੰਦੇ ਵੀ ਫੇਰ ਇਹ ਹੁਣ ਕੁੰਡਾ ਖੁੱਲ ਬਸੰਤਰੀਏ ਕੌਣ ਲਿਖੂਗਾ ਮੈਂ ਹਾਂ ਮੈਂ ਪਿੰਡ ਦੀ ਸੱਤ ਚੋਂ ਕਾਲਮ ਸ਼ੁਰੂ ਕਰ ਲੈਣਾ ਉਹ ਮੈਂ ਪਹਿਲੇਦਾਰ ਦੇ ਨਾਂ ਅਠਾ ਲਿਖਿਆ ਉਹਦੀ ਕਿਤਾਬ ਬਣ ਗਈ ਬਾਅਦ ਦੇ ਵਿੱਚ ਉਹ ਕਮੈਂਟਰੀ ਆ ਉਸ ਵੇਲੇ ਦੀ ਸੱਤ ਦੇ ਵਿੱਚ ਜੋ ਹੋ ਰਿਹਾ ਖੜਕੂ ਕੀ ਕਰ ਰਿਹਾ ਪੁਲਿਸ ਕੀ ਕਰ ਰਹੀ ਹੈ ਦੂਜੇ ਕੀ ਕਰ ਰਹੇ ਆ ਤੋਂ ਉਹਦੇ ਵਿੱਚ ਉਹ ਇਸ ਤਰ੍ਹਾਂ ਲਿਖਿਆ ਗਿਆ ਬਹੁਤਾ ਕੁਛ ਤਾਂ ਮੇਰਾ ਕਾਲਮ ਆ ਰਹੀਂ ਲਿਖਿਆ ਗਿਆ ਬਾਤਾਂ ਵਤਨ ਦੀਆਂ ਚੱਲਦਾ ਸੀ ਅੰਡੋ ਕੈਨੇਡੀਅਨ ਟਾਈਮਸ ਦੇ ਵਿੱਚ ਇਧਰੋਂ ਦੱਸਣਾ ਪੰਜਾਬ ਵਿੱਚ ਕੀ ਹੋ ਰਿਹਾ ਤੋ ਬਾਤਾਂ ਬਤਨ ਦੀਆਂ ਕਿਤਾਬ ਬਣ ਗਈ ਖੇਡ ਪ੍ਰਕਰਮਾਂ ਕਰਦੇ ਆ ਖੇਡ ਪ੍ਰਕਰਮਾਂ ਬਣ ਗਈ ਖੇਡ ਦਰਸ਼ਨ ਕਰਦੇ ਆ ਖੇਡ ਦਰਸ਼ਨ ਬਣ ਗਿਆ ਇਵੇਂ ਜਿਵੇਂ ਖੇਡ ਜਗ ਦੀਆਂ ਬਾਤਾਂ ਉਹ ਕਿਤਾਬ ਦਾ ਨਾਮ ਬਣ ਗਿਆ ਬਾਅਦ ਦੇ ਵਿੱਚ ਤੋ ਬਹੁਤ ਸਾਰੇ ਜਿਹੜੇ ਮੇਰੇ ਜਿਹਾ ਕਿਤਾਬਾਂ ਨੇ ਖੇਡ ਦੇ ਨਾਲ ਸ਼ੁਰੂ ਹੁੰਦੀਆਂ ਪਹਿਲਾਂ ਪਹਿਲਾਂ ਖੇਡ ਸੰਸਾਰ ਖੇਡ ਜਗਤ ਵਿੱਚ ਭਾਰਤ ਫੇਰ ਖੇਡ ਜਗਤ ਦੀਆਂ ਬਾਤਾਂ ਖੇਡ ਦਰਸ਼ਨ ਖੇਡ ਪ੍ਰਕਰਮਾਂ ਖੇਡ ਵਾਰਤਾ ਤੇ ਖੇਡ ਮੇਲੇ ਵੇਖਦਿਆਂ ਇਹਦਾ ਕੁਛ ਉਹ ਜਿਵੇਂ ਸੀਤਲ ਦਾ ਹਰੇਕ ਕਿਤਾਬ ਦੇ ਮੂਰੇ ਸੀਤਲ ਰਾਮ ਜਾਂ ਸੀਤਲ ਸੁਨੇਹੇ ਸੀਤਲ ਪੁੱਲ ਜਣਾ ਸੀਤਲ ਬਵਲਬਲੇ ਤੇ ਮੇਰੀਆਂ ਤਾਂ ਮਤਲਬ ਖੇਡ ਦੇ ਨਾਲ ਹੀ 10-12 ਕਿਤਾਬਾਂ ਤਾਂ ਉਹ ਹੋਗੀਆਂ ਵੈਸੇ 22 ਕਿਤਾਬਾਂ ਖੇਡਾਂ ਖਿਡਾਰੀਆਂ ਬਾਰੇ ਆ ਤੇ 14-15 ਕਿਤਾਬਾਂ ਜਿਹੜੀਆਂ ਹੈਗੀਆਂ ਉਹ ਕੋਈ ਜੀਵਨੀ ਆ ਕੋਈ ਸਵੈ ਜੀਵਨੀ ਆ ਤਿੰਨ ਸੰਪਾਦਿਤ ਕੀਤੀਆਂ ਕੁਝ ਅਨੁਵਾਦਤ ਵੀ ਆ ਕੁਝ ਬੰਦਾ ਬੰਦਾ ਸਿੱਧਾ ਜਿਹਾ ਲੱਗਦਾ ਹੈਗਾ ਖਾਸਾ ਕੁਛ ਐਸੀ ਗੱਲ ਨਹੀਂ ਗਈ ਠੀਕ ਆ ਕਈ ਨਹੀਂ ਸਮਝਦੇ ਨਾ ਸਮਝਣ ਅਸੀਂ ਕਿਸੇ ਤੋਂ ਟੰਡੀਆਂ ਲੈਣੀਆਂ ਜੇ ਨਹੀਂ ਸਮਝਣਗੇ ਨਾ ਸਮਝਣ ਅਸੀਂ ਤਾਂ ਆਪ ਦਾ ਰਹਿੰਦਾ ਰਾਜ਼ੀ ਕਰਦੇ ਆਂ ਲਿਖਦੇ ਆਂ ਬੋਲਦੇ ਆਂ ਤੇ ਇੱਕ ਕਤਾਬਾਂ ਲਿਖੀ ਜਾਂਦੇ ਆਂ ਹਰ ਸਾਲ ਕੋਈ ਨਾ ਕੋਈ ਕਿਤਾਬ ਆ ਜਾਂਦੀ ਆ ਅੱਜ ਹੁੰਦੇ ਰਹਿਣਾ ਆ ਪੀਪਲ ਫਾਰਮ ਵਾਲੇ ਦੋ ਕਤਾਬਾਂ ਤਾਂ ਇਹਨਾਂ ਨੇ ਮੇਰੀਆਂ ਛਾਪਦੇ ਹੁਣ ਤੀਜੀ ਵੀ ਕਹਿੰਦੇ ਆ ਤਿਆਰ ਕਰਕੇ ਦਿਓ ਉਹ ਵੀ ਕਰ ਦੇਣੀ ਆ ਅਸੀਂ ਕਈ ਵੀ ਲਕੀਰ ਦੇ ਫਕੀਰ ਹੁੰਨੇ ਆ ਕਈ ਜਾਣੇ ਹੁੰਨੇ ਆ ਕਿ ਜੋ ਪਹਿਲਾਂ ਲਿਖਿਆ ਗਿਆ ਉਹ ਉਹਦੀ ਉਹਦੀ ਰੀਸ ਨਹੀਂ ਬਿਲਕੁਲ ਉਵੇਂ ਜਿਵੇਂ ਸਾਡੇ ਪਿੰਡਾਂ ਜਾਮ ਕਹਿੰਦੇ ਪਹਿਲਾਂ ਵਰਗੀਆਂ ਉਫਰਾਕਾਂ ਪਹਿਲਾਂ ਵਰਗੇ ਕੱਦ ਕਾਠ ਪਹਿਲਾਂ ਵਰਗੇ ਤਗੜੇ ਜਵਾਨ ਕਿੱਥੇ ਜਦ ਕਿ ਹਕੀਕਤ ਇਹ ਹੈ ਕਿ ਪਹਿਲਾਂ ਨਾਲੋਂ ਸਭ ਕੁਝ ਹੀ ਅੱਗੇ ਹੋ ਗਿਆ 1896 ਵਿੱਚ ਜਦੋਂ 올림픽 ਖੇਡਾਂ ਸ਼ੁਰੂ ਹੋਈਆਂ ਦੁਬਾਰਾ ਤਾਂ ਦੁਨੀਆ ਦੇ ਵਿੱਚੋਂ ਸਭ ਤੋਂ ਤਕੜਾ ਬੰਦਾ ਉਹ ਗਿਣਿਆ ਗਿਆ ਜਿਹਨੇ 1 ਕੁਇੰਟਲ ਵਜ਼ਨ ਆਪਣੀਆਂ ਬਾਹਾਂ ਦੇ ਉੱਤੇ ਤੋਲਿਆ ਸੀਗਾ 100 ਸਾਲ ਦੇ ਵਿੱਚ ਹੀ 276 ਕਿਲੋ ਦਾ ਬਾਲਾ ਕਰਨ ਵਾਲੇ ਜੰਪ ਆਏ ਸਾਰਾ 10-11 ਮੀਟਰ ਗੋਲਾ ਸੁੱਟਦੇ ਸੀ ਹੁਣ 22-23 ਕਿਲੋਮੀਟਰ ਨਾ 22-23 ਮੀਟਰ ਜਿਹੜਾ ਹੈਗਾ ਦੂਰ ਗੋਲਾ ਸੁੱਟਦੇ ਨੇ ਕਿੰਨਾ ਵਜ਼ਨ ਚੱਕਣ ਲੱਗ ਪਏ ਕਿ ਜਿੰਨਾ ਬੰਦੇ ਦਾ ਆਪਣਾ ਵਜ਼ਨ ਆ ਉਦੋਂ 3 ਗੁਣਾ ਮਾਜੰਦਾ ਉਹ ਬਾਲਾ ਕਢਣ ਲੱਗ ਪਏ ਹੁਣ ਤਾਂ ਤੈਰਨ ਵਾਲੇ ਆ ਜਿਹੜੇ ਉਹ ਇੰਨੀ ਤੇਜ਼ੀ ਨਾਲ ਤੈਰਦੇ ਆ ਕਿ ਕਈਆਂ ਤੋਂ ਨਹੀਂ ਤਰਕ ਪਨਾ ਵਗਿਆ ਵੀ ਨਹੀਂ ਜਾਂਦਾ ਸੋ ਪ੍ਰਾਣੇ ਜਦੋਂ ਆਪਾਂ ਇੱਕ ਰੋਮਾਂਟਿਕ ਜਿਹਾ ਹੁੰਦਾ ਸੀ ਗੱਲ ਵੀ ਪੁਰਾਣੇ ਵੇਲੇ ਦੀ ਆ ਕਿ ਆ ਗੱਲਾਂ ਨੇ ਇਹ ਤਾਂ ਬਿਲਕੁਲ ਉਵੇਂ ਹੀ ਆ ਬਈ ਭਾਵੇਂ ਕਿਸੇ ਦਾ ਬਚਪਨ ਕੁੱਤੇ ਜੂਨ ਬੀਤਿਆ ਹੋਵੇ ਕੋਈ ਕਿਆ ਬਚਪਨ ਸੀ ਰੋਟੀ ਖਾਣੂ ਨਾ ਮਿਲਣੀ ਇਹ ਨਾਮ ਯਾਤਰੀ ਦੀ ਕਾਪਤਾ ਸੁਰਗੀ ਜਿਉੜੇ ਉਹ ਲੱਟਦੇ ਆ ਵਿਚਾਰੇ ਮੁੰਡੇ ਬੱਚੇ ਬਾਹਰ ਉੜੀਕਦੇ ਆ ਬਾਪੂ ਕਦੇ ਕੁਝ ਲੈ ਕੇ ਜਾਊਗਾ ਉਥੋਂ ਕੁਝ ਨਾ ਕੁਝ ਲਿਆਊਗਾ ਤੇ ਉਹ ਹੁਣ ਅਖਰ ਮਜਬੂਰੀ ਦਾ ਨਾਂ ਜਿਵੇਂ ਕਹਿੰਦੇ ਹੁੰਦੇ ਆ ਤੇ ਮਜਬੂਰੀ ਬਸ ਭਾਈ ਜੇ ਕੋਈ ਹੁਣ ਨਹੀਂ ਹੈਗਾ ਤਾਂ ਅਸੀਂ ਇਸ ਤਰ੍ਹਾਂ ਹੀ ਚੰਗੇ ਆ ਤੇ ਕਪੜੇ ਹੈ ਨਹੀਂ ਤਾਂ ਕਪੜਾ ਤੋਂ ਬਿਨਾ ਵੀ ਅਸੀਂ ਐਸ਼ਾਨ ਕਰਦੇ ਆ ਇਹ ਹੈਗੀ ਵੀ ਇੱਕ ਥੋੜੀ ਮਨੁਵਿਰਤੀ ਹੈਗੀ ਵੀ ਇਹੋ ਜੀ ਜਦੋਂ ਕਿਸੇ ਰਾਜਨੇ ਕਿਹਾ ਮੈਂ ਬਿਮਾਰ ਹਾਂ ਮੇਰਾ ਇਲਾਜ ਕਰੋ ਹੈ ਗੀਮਾ ਨੇ ਜੋਰ ਲਾ ਲਿਆ ਨਹੀਂ ਇਲਾਜ ਹੋਇਆ ਇੱਕ ਕਹਿਣ ਲੱਗਾ ਜੀ ਮੇਰੇ ਕੋਲ ਹੈਗਾ ਇਲਾਜ 10 ਕਹਿੰਦਾ ਜੀ ਤੁਹਾਡੇ ਰਾਜ ਦੇ ਵਿੱਚ ਜਿਹੜਾ ਬੰਦਾ ਸਭ ਤੋਂ ਸੁਖੀ ਹੈ ਖੁਸ਼ ਹੈ ਸਭ ਤੋਂ ਖੁਸ਼ ਹੈ ਉਸ ਬੰਦੇ ਦੀ ਪਛਾਣ ਤੁਸੀਂ ਪਹਿਨ ਲੋਗੇ ਠੀਕ ਹੋ ਜਾਓਗੇ ਉਹ ਕਹਿੰਦੇ ਤਾਂ ਗੱਲ ਹੀ ਸਿੱਧੀ ਹੈ ਬੈਠੇ ਸੀ ਅਮੀਰ ਵਜ਼ੀਰ ਵਾਲੇ ਦੁਆਲੇ ਦਰਬਾਰੀ ਬਈ ਤੁਹਾਡੇ ਚੋਂ ਕਿਹੜਾ ਸਭ ਤੋਂ ਵੱਧ ਖੁਸ਼ ਆ ਹਰੇਕੀ ਕਿਸੇ ਵੀ ਪੂਰਾ ਖੁਸ਼ ਤਾਂ ਹੈ ਨਹੀਂ ਮਾੜੀ ਮੂਟੀ ਕਸਰ ਹੈਗੀ ਹੈ ਫਿਰ ਕੇ ਤੁਹਾਡੇ ਚੋਂ ਨਹੀਂ ਤਾਂ ਲਿਓ ਲੱਭ ਕੇ ਲਿਓ ਹਰ ਰੋਜ਼ ਲੱਭਣ ਲੁਭਣ ਲਾਤੇ ਸਾਰੇ ਕੋਈ ਬੰਦਾ ਵੀ ਪੂਰਾ ਖੁਸ਼ ਬਾਗੋ-ਬਾਗ ਮਿਲੇ ਨਾ ਇੱਕ ਦਿਨ ਇੱਕ ਬੰਦਾ ਤੁੰਬਾ ਲਈ ਖੇਦਿਆਂ ਵਟਾਂ ਤੇ ਗਾਉਂਦਾ ਮਿਲ ਗਿਆ ਫਕਰ ਉਹ ਕਹਿੰਦੇ ਆਹ ਲੱਗਦਾ ਖੁਸ਼ ਹੋਊਗਾ ਕਹਣ ਲੱਗੇ ਵੀ ਗੱਲ ਸੁਣੋ ਮੈਨੂੰ ਪੁੱਛੋ ਉਹ ਖੁਸ਼ ਆ ਕਹਿੰਦਾ ਬਾਗੋ ਬਾਗ ਆ ਲੱਗਦਾ ਨਹੀਂ ਇਹਦੇ ਲੱਗਦਾ ਕਰਕੇ ਤਾਂ ਪੁੱਛਿਆ ਕਹਿੰਦੇ ਸੱਚੀ ਖੁਸ਼ ਆ ਸੱਚੀ ਬਾਗੋ ਬਾਗ ਆ ਕਹਿੰਦਾ ਤੈਨੂੰ ਯਕੀਨ ਨਹੀਂ ਮੈਂ ਤੁੰ ਵੀ ਸੁਣਾ ਦੇਣਾ ਕਹਿੰਦੇ ਤੂੰ ਬਾ ਨਾ ਸੁਣਾ ਤੂੰ ਕਪੜੇ ਲਾ ਦੇ ਪਾਟੇ ਪੁਰਾਣੇ ਕਪੜੇ ਵਿਚਾਰੇ ਦੇ ਉਹ ਲਾ ਕੇ ਦੇਤੇ ਕਹਿੰਦੇ ਹੁਣ ਖੁਸ਼ ਆ ਕਹਿੰਦਾ ਮੈਂ ਤਾਂ ਪਹਿਲਾਂ ਹੀ ਖੁਸ਼ ਸੀ ਜਾ ਕੇ ਦਿੱਤੇ ਰਾਜੇ ਨੂੰ ਰਾਜੇ ਰਾਜੇ ਨੇ ਦੇਖਿਆ ਵੀ ਆ ਜਿਹੜਾ ਪਾਟੇ ਕੱਪੜਿਆਂ ਵਾਲਾ ਇਹ ਖੁਸ਼ ਹੋ ਸਕਦਾ ਤੇ ਮੈਂ ਇੰਨੇ ਮਹਿੰਗੇ ਵਸਤਰਾਂ ਵਾਲਾ ਖੁਸ਼ ਕਿਉਂ ਨਹੀਂ ਹੋ ਸਕਦਾ ਹੁਣ ਉਦਾਰ ਇਲਾਜ ਹੋ ਗਿਆ ਉਹ ਕਹਿੰਦਾ ਵੀ ਖੁਸ਼ੀ ਜਿਹੜੀ ਹੈਗੀ ਆ ਇਹ ਧਨ ਪਦਾਰਥਾਂ ਦੇ ਵਿੱਚ ਨਹੀਂ ਚੰਗੇ ਖਾਣੇ 'ਚ ਨਹੀਂ ਵਿਖਾਵੇ ਦੀ ਤਾਂ ਲੋਕ ਦੁਨੀਆ ਉਹੀ ਮਰੀ ਪਈ ਐ ਇਹਨੇ ਵਿਖਾਵਾ ਅਸਲ ਵਿੱਚ ਨਾ ਹੀਣ ਭਾਵ ਹੁੰਦਾ ਜਦੋਂ ਕੋਈ ਉੱਚੀਚਾ ਆਪਣੇ ਆਪ ਨੂੰ ਦਿਖਾਵੇ ਨਾ ਫੈਸ਼ਨ ਵਾਲੇ ਕੱਪੜੇ ਪਾ ਕੇ ਬ੍ਰਾਂਡਡ ਕੱਪੜੇ ਪਾ ਕੇ ਵੱਡੀ ਗੱਡੀ ਲੈ ਕੇ ਟੂਮਾ ਛੱਲੇ ਪਾ ਕੇ ਤੇ ਮਹਿੰਗੇ ਕੱਪੜੇ ਪਾ ਕੇ ਸੂਟ ਮਹਿੰਗਾ ਜੀ ਫਲਾਣੇ ਦਾਦਾ ਜੀ ਇਸ ਤਰ੍ਹਾਂ ਆ ਜੀ 10000 ਦੇ ਜੋੜੇ ਪਾਈ ਫਿਰਦਾ ਇਹ ਅਸਲ ਵਿੱਚ ਉਹ ਜਿਹੜੀ ਹੈਗੀ ਆ ਨਾ ਮੈਂ ਸਮਝਦਾ ਦਿਖਾਵਾ ਦਾ ਕਰਕੇ ਨਾ ਮਹਿੰਗੀਆਂ ਐਨ ਕਾ ਇਹ ਹੁੰਦਾ ਉਹਦਾ ਹੀਣ ਭਾਵ ਕੀ ਕਿਸੇ ਤੋਂ ਕਿਸੇ ਨੇ ਲੈਣਾ ਹੁੰਦਾ ਯੇ ਭਾਈ ਕੋਈ ਬਹੁਤ ਵੱਡਾ ਅਮੀਰ ਧਨਵਾਨ ਹੈਗਾ ਆਪਦੇ ਘਰੇ ਹੋ ਅਸੀਂ ਉਹ ਤੋਂ ਟੰਡੀਆਂ ਲੈਣੀਆਂ ਸੋ ਇਸ ਕਰਕੇ ਕਦੇ ਸਾਡਾ ਤਾਂ ਇੱਕ ਸੰਕੜੀ ਬਖਾਵੇ ਦਾ ਸੰਕਟ ਪੰਜਾਬ ਦੇ ਵਿੱਚ ਮੈਂ ਕਹਿੰਦਾ ਹੁਣ ਪੰਜਾਬ ਦੇ ਵਿੱਚ ਇੰਨਾ ਧਨਮਾਲੇ ਨਹੀਂ ਆ ਫਸਲਾਂ ਇੰਨਾ ਕੁਛ ਹੈਗਾ ਭਈ ਹੁਣ ਤੁਸੀਂ ਦਿੱਲੀ ਬੈਠੇ ਹੋ ਮੈਂ ਪਿੰਡ ਦੀਆਂ ਤਿੰਨ ਚਾਰ ਸੱਥਾਂ 'ਚ ਗਿਆ ਪਿਛਲੇ ਹਫ਼ਤੇ ਮੈਂ ਬੈਠੇ ਪੁੱਛ ਬੈਠਾ ਮੈਂ ਕਿਹਾ ਜਦ ਪੰਜਾਬ ਦੇ ਆਪਣੇ ਕਿਸਾਨ ਖੁਦਕਸ਼ੀਆਂ ਕਰੀ ਜਾ ਰਹੇ ਨੇ ਤੇ ਹੋਰ ਸਾਰਾ ਪੜਾ ਸੜਕ ਦੇ ਉੱਤੇ ਫੇਰ ਨਹੀਂ ਉਤੋਂ ਮੈਨੂੰ ਤਾਂ ਲੰਘਣ ਨਹੀਂ ਦਿੰਦੇ ਇੰਨੇ ਮੋਟਰਸਾਈਕਲ ਇੰਨੀਆਂ ਕਾਰਾਂ ਇੱਕ ਮਕੈਨਿਕ ਸੀ ਉਹਨਾਂ ਚੋਂ ਔਰ ਟਰੈਕਟਰਾਂ ਟ੍ਰਕਟਰਾਂ ਦਾ ਉਹਨੂੰ ਪੁੱਛ ਲਿਆ ਵੀ ਆਪਣੇ ਪਿੰਡ ਦੇ ਵਿੱਚ ਕਿੰਨੇ ਟਰੈਕਟਰ ਹੋਣਗੇ ਉਹ ਕਹਿੰਦਾ ਜੀ ਪਿੰਡ ਦੇ ਵਿੱਚ 400 ਤੋਂ ਲੈ ਕੇ 500 ਟਰੈਕਟਰ ਹੋਣਗੇ 1200 ਕਰ ਸਕੀਏ ਅਸੀਂ ਮੈਂ ਸਮਝਿਆ ਚਲੋ ਪ੍ਰੋਡਕਟਿਵ ਆ ਸੰਦ ਕੁਛ ਨਾ ਕੁਛ ਇਹ ਉਪਜਾਉਂਦਾ ਹੀ ਆ ਜੇ ਮੈਂ ਕਹਾਂ ਕਾਰਾਂ ਕਹਿੰਦੇ ਵੀ ਕਾਰਾਂ 200 ਵੱਧ ਹੋਣਗੀਆਂ ਉਹ 500 ਤੋਂ 600 ਹੋਣਗੀਆਂ ਮੈਂ ਆ 500 ਤੋਂ 600 ਕਾਰਾਂ ਇਹ ਤਾਂ ਹਰ ਨਹੀਂ ਦੀ ਗੱਲ ਆ ਜਦੋਂ ਅਸੀਂ ਪੜਦੇ ਹੁੰਦੇ ਸੀ 10ਵੀਂ ਚ ਅਸੀਂ 80 ਜਣੇ ਪੜਨੇ ਜਾਂਦੇ ਸੀ ਮੱਲੇ ਤੇ ਪੰਜਾਂ ਕੋਲੇ ਸਾਈਕਲ ਸੀ ਬਾਕੀ 75 ਜਣੇ ਪੈਦਲ ਹੀ ਜਾਂਦੇ ਸੀ ਤੇ ਉਹ ਆੜੀ ਪਾਉਂਦੇ ਸੀ ਸਾਈਕਲਾਂ ਨਾਲ ਵੀ ਕੀ ਪਤਾ ਕਿਸੇ ਦਿਨ ਡੰਡੇ ਤੇ ਬਿਠਾ ਲਵੇ ਜਾਂ ਪਿਛਲੀ ਕਾਠੀ ਤੇ ਬਿਠਾ ਲਵੇ। ਸੋ ਉਸ ਤਰੀਕੇ ਨਾਲ ਮੈਂ ਕਿਹਾ ਪੰਜ 600 ਕਾਰਾਂ ਉਹ ਜਦੋਂ ਦੋ ਤਿੰਨਾਂ ਦੇ ਮੋਬਾਈਲ ਖੜਕਣ ਲੱਗ ਪਏ। ਮੈਂ ਕਿਹਾ ਮੋਬਾਈਲ ਕਨੇ ਹੋਣਗੇ ਕਹਿੰਦੇ ਘਰ ਦੇ ਜਿੰਨਾ ਪਿੰਡ ਦੇ ਵਿੱਚ ਹੈਗੇ ਆਪਣੇ ਜੀ ਇਹਨੇ ਮੋਬਾਈਲ ਕੰਨ ਲੂ। ਮੈਂ ਕਿਹਾ ਬੱਚਾ ਕਿਵੇਂ ਮੋਬਾਈਲ ਸੁਣ ਲੂਗਾ ਜਾ ਰ। ਉਹ ਕਹਿੰਦੇ ਜੇ ਬੱਚਾ ਨਹੀਂ ਸੁਣ ਸਕਦਾ ਕਹਿੰਦਾ ਕੋਲੋਂ ਦੋ ਦੋ ਆ। ਇਹ ਸਾਡਾ ਤਾਂ 10000 ਹੋ ਗਿਆ ਮੋਬਾਈਲ ਮਾਖਿਆ ਫਿਰ ਪਿੰਡ ਚ 10000 ਦੀ ਆਬਾਦੀ ਹੈ ਕਹਿੰਦੇ 10 ਦੇ ਥਾਂ 11000 ਪਾਵੇਂ ਹੁਣ ਅੱਜ ਰਿਪੋਰਟ ਪੜ੍ਹ ਲਈ ਆ ਜੀ ਦਾ ਅਖਬਾਰ ਚ ਕਹਿੰਦੇ 4.5 ਕਰੋੜ ਮੋਬਾਈਲ ਫੋਨ ਰਜਿਸਟਰਡ ਨੇ ਤੇ ਪੌਣੇ ਤਾਂ 3 ਕਰੋੜ ਇੱਥੇ ਬੰਦਾ ਬੁੜੀਆ ਸਾਰਾ ਪੰਜਾਬ ਦੇ ਵਿੱਚ ਤੇ ਹੁਣ ਆਪੇ ਹੀ ਕਿਹਾਂ ਕੋਲੋਂ ਦੋ ਦੋ ਉਹ ਇੱਕ ਇੱਕ ਮੈਂ ਦੇਖਿਆ ਅੱਜ ਉਹ ਦੋ ਟੈਚੀ ਉੱਥੇ ਮੈਂ ਉਤਰਿਆ ਨਾ ਜੋ ਸਦੀ ਤੋਂ ਉਹ ਦੋ ਟੈਚੀ ਫੜੇ ਹੋਏ ਇੱਕ ਕਾਨੂੰਨ ਐ ਲਾਇਆ ਹੋਇਆ ਇੱਕ ਉਹ ਨੂੰ ਮੈਂ ਖਾ ਜਿਆ ਅਟੈਚੀ ਮੈਨੂੰ ਫੜਾ ਦੇ ਤੂੰ ਦੋਨੇ ਸੁਣਨੇ ਆ ਕਦੇ ਇਹਦੇ ਉਸ ਨੂੰ ਉਹ ਐਨੇ ਮੋਬਾਈਲ ਮੈਨੂੰ ਸਮਝ ਨਹੀਂ ਆਉਂਦੀ ਐਡਾ ਕੀ ਹੈ ਇਹਨਾ ਮੋਬਾਈਲਾਂ ਮੇਰਾ ਗੱਡਾ ਖੜਾ ਥੋੜਾ ਬਈ ਐਨੇ ਮੋਬਾਈਲ ਪੰਜਾਬ ਦੇ ਵਿੱਚ ਅਜੇ ਕਹਿੰਦੇ ਇਹ ਵੀ ਮੋਬਾਈਲ ਹੋਰ ਬਣਣੇ ਆ ਸਰਕਾਰ ਨੇ 4.5 ਕਰੋੜ ਮੋਬਾਈਲ ਪੰਜਾਬ ਦੇ ਵਿੱਚ 4.5 ਕਰੋੜ ਮੋਬਾਈਲ ਫੋਨ ਰਜਿਸਟਰਡ ਨੇ ਅੱਛਾ ਹੁਣ ਉਹ ਅਗਲੀ ਗੱਲ ਸੁਣ ਲੋ ਕਿ ਚੱਕਰ ਦੇ ਵਿੱਚ 500 ਤੋਂ 600 ਕਾਰਾਂ ਤੇ ਮੈਂ ਕਿਹਾ ਮੋਟਰਸਾਈਕਲ ਉਹ ਕਹਿੰਉਂਗੇ ਸੜਕ ਨਹੀਂ ਲੰਘ ਸਕਦਾ 1500 ਮੋਟਰਸਾਈਕਲ ਇੰਨੇ ਨੇ ਉਹ ਬੰਦੇ ਪੂਰੇ ਐ ਚੰਟ ਸੀਗੇ ਜਿਹੜੇ ਜਿਨ੍ਹਾਂ ਕੋਲੇ ਅੰਕੜੇ ਵੀ ਤਕਰੀਬਨ ਤਕਰੀਬਨ ਠੀਕ ਠਾਕ ਹੀ ਸੀਗੇ ਉਹ ਕਹਿੰਦੇ ਜੀ ਇੱਕ ਕਹਿੰਦਾ ਸੋਚ ਸਾਜ ਕੇ ਮੈਂ ਦੱਸਦਾ ਜੀ ਮੈਂ ਦੱਸਦਾ ਸਕੂਟਰ ਤੇ ਮੋਟਰਸਾਈਕਲ ਕਿੰਨੇ ਹੋਣਗੇ ਅ 25000 ਹੋਣਗੇ ਕਹਿੰਦਾ ਦੂਜਾ ਕਹਿੰਦਾ ਨਹੀਂ ਯਾਰ 20-2100 ਹੋਣਗੇ ਮੈਂ ਕਿਹਾ ਵੀ ਤੂੰ ਕਹਿੰਦਾ ਵੀ ਜਿੰਨੇ ਇਹ ਕਹਿੰਦੇ ਐ ਤੋਂ ਵੱਧ ਹੀ ਹੋਣਗੇ ਘੱਟ ਤਾਂ ਹੋ ਨਹੀਂ ਸਕਦੇ ਹੁਣ ਮੈਂ ਸੋਚਦਾ ਵੀ ਉਹ ਪਿੰਡ ਜਿਹੜਾ ਬਾਕੀ ਪਿੰਡਾਂ ਨਾਲੋਂ ਵੱਧ ਜਾ ਗਿਆ ਹੋਇਆ ਕਹਿੰਨੇ ਆ ਸੀ ਉਹਦੇ ਚ ਜਿੰਨੇ ਟਰੈਕਟਰ ਆ ਉਹ ਤਾਂ ਚਲੋ ਲੋਡ ਤੋਂ ਬਾਦੂ ਆ ਹੀ ਗਏ ਪਹਿਲਾਂ ਫੇਰ ਵੀ ਪ੍ਰੋਡਕਟਿਵ ਕੰਬਾਈਨ ਵੀ ਪ੍ਰੋਡਕਟਿਵ ਆ ਕਾਰ ਜਿਹੜੀ ਹੈਗੀ ਆ ਤਾਂ ਖਪਾਊ ਆ ਖਪਤਕਾਰੀ ਦਾ ਮੋਟਰਸਾਈਕਲ ਖਪਤਕਾਰੀ ਦਾ ਮੋਬਾਈਲ ਖਪਤਕਾਰੀ ਦਾ ਉਹ ਇੰਨੀ ਮਸ਼ੀਨਰੀ ਇੱਕ ਪਿੰਡ ਦੇ ਵਿੱਚ ਆਹੇ ਸਾਰਾ ਕੁਝ 12000 ਪਿੰਡਾਂ ਦਾ ਕੀ ਹਾਲ ਹੋਊ ਔਰ ਇਹ ਕੀ ਪੈਦਾ ਕਰਕੇ ਕੀ ਦੇ ਰਿਆ ਇਹ ਸਾਰਾ ਕੁਝ ਇਹ ਮੋਬਾਈਲ ਸਾਡੇ ਕੀ ਪੈਦਾ ਕਰਕੇ ਦੇ ਰਿਹਾ ਔਰ ਜਿਹੜਾ ਦੇਖੀਦਾ ਨਿਆਣਾ ਉਹ ਲੱਗਿਆ ਹੀ ਹੁੰਦਾ ਰਜਾਈ ਜੀ ਚ ਪਾ ਕੇ ਉਹ ਉਹਨੂੰ ਵਿੱਚੇ ਦੇਖੀ ਜਾਂਦਾ ਲਾਈਟ ਜੀ ਲੱਗਦੀ ਹੁੰਦੇ ਪਤਾ ਨਹੀਂ ਕੀ ਦੇਖਦੇ ਸੋ ਇਹ ਇਹ ਵਾਕਈ ਇੱਕ ਬਹੁਤ ਵੱਡੀ ਬਿਮਾਰੀ ਹੈ ਅੱਗੇ ਸਾਨੂੰ ਲੇਖ ਲਿਖਾਉਂਦੇ ਹੁੰਦੇ ਸੀ ਵਿਗਿਆਨ ਦੇ ਫਾਇਦੇ ਤੇ ਨੁਕਸਾਨ ਅੱਛਾ ਆ ਮੈਨੂੰ ਮੁੱਲੋਮਲੀ ਚਿਕਾਇਆ ਹੋਇਆ ਮੈਨੂੰ ਚਲਾਉਣਾ ਵੀ ਨਹੀਂ ਆਉਂਦਾ ਇਹ ਚੱਜ ਨਾਲ ਜਿਹੜਾ ਮੇਰੇ ਲੜਕੇ ਨੇ ਫੜਾਇਆ ਹੋਇਆ ਮੈਂ ਸਿਰਫ ਗੱਲ ਹੀ ਸੁਣਦਾ ਇਹਦੇ ਤੇ ਤੇ ਹੋਰ ਕੁਝ ਨਹੀਂ ਜਾਂ ਗੱਲ ਕਰਦਾ ਕਿਸੇ ਨਾਲ ਮੈਂ ਕਿਹਾ ਮੈਨੂੰ ਉਹ ਗੱਲਾਂ ਕਰਨ ਵਾਲਾ ਛੋਟਾ ਜਿਹਾ ਦੇਦੇ ਕਹਿੰਦੇ ਵੀ ਸੰਗ ਜੀ ਆਉਂਦੀ ਆ ਉਹ ਮੈਂ ਕਿਹਾ ਤੁਹਾਨੂੰ ਆਉਂਦੀ ਹੁਣ ਮੈਨੂੰ ਥੋੜੇ ਥੋੜੇ ਪਿਓ ਨੂੰ ਨਹੀਂ ਸੰਗ ਆਉਂਦੀ ਇਸ ਵੱਲੋਂ ਉਹ ਕਹਿੰਦੇ ਮਲੂਮ ਨਹੀਂ ਜਿਹੇ ਚ ਪਾਉਂਦੇ ਆ ਕਿ ਸਾਨੂੰ ਪਤਾ ਲੱਗਦਾ ਉਹ ਕਿੱਥੇ ਆ ਸੋ ਇਹ ਹਾਲਤ ਹੈਗੀ ਆ ਘਰਾਂ ਦੇ ਵਿੱਚ ਪੇਟੀਆਂ ਦੇ ਵਿੱਚ ਅਸੀਂ ਸਧਾਰਨ ਕਿਸਾਨ ਆ ਮੇਰਾ ਖਿਆਲ ਆ ਵੀ ਸਾਡੇ ਘਰ 'ਚ ਇੰਡਸਟਰੀਅਲ ਪਰਿਵਾਰ ਵੱਡਾ ਹੋਣ ਕਰਕੇ ਕਹਿ ਸਕਦੇ ਆ ਬਈ ਛੇ-ਸੱਤ ਪੇਟੀਆਂ ਰਜਾਈਆਂ ਕੱਪੜਿਆਂ ਨਾਲ ਭਰੀਆਂ ਪਈਆਂ ਉਹ ਜੇ ਚੱਕ ਕੇ ਹਲਾਉਣੀਆਂ ਹੁਣ ਤਿੰਨ-ਚਾਰ ਬੰਦੇ ਚੱਕ ਸਕਦੇ ਆ ਇੱਕ ਬੰਦਾ ਦੋ ਬੰਦਿਆਂ ਦੀ ਬਸ ਜਿਹਾਲੀ ਐਨੀਆਂ ਪੇਟੀਆਂ ਪੁਰਾਣੀਆਂ ਪਈਆਂ ਕਿਸੇ ਨੇ ਦਾਜ ਦਿੱਤੀਆਂ ਹੋਣਗੀਆਂ ਵਰਤੀਆਂ ਹੈ ਨਹੀਂ ਵੀ ਜਦੋਂ ਕਿਤੇ ਅੱਡ ਬਿਲਡ ਹੋਵਾਂਗੇ ਉਦੋਂ ਪ੍ਰਾਂਤ ਕੱਢਾਂਗੇ ਉਦੋਂ ਆਹ ਮਤਲਬ ਮੜਾ ਮੋਟਾ ਕਰ ਲਵਾਂਗੇ ਉਹ ਫੈਸ਼ਨ ਫੂਸ਼ਨ ਬਦਲ ਗਏ ਤੋਂ ਮੇਰੇ ਮੇਰੇ ਮੈਸੇਜ ਨਾਲ ਉਥੋਂ ਕਹਿਣਗੇ ਜਾਣਾ ਨਾ ਉਹ ਤੁਸੀਂ ਪੇਟੀਆਂ ਨੂੰ ਹਵਾ ਲਵਾ ਦਿਓ ਮੈਂ ਮੈਂ ਖਾ ਉਹ ਕਿਸੇ ਨੂੰ ਚੁਕਾ ਨਾ ਦੇਈਏ ਉਹਨੂੰ ਹਵਾ ਹੀ ਲਾਉਂਦੇ ਰਹਿਣਾ ਬਤਨੀਆਂ ਕਿਸੇ ਨੇ ਨਹੀਂ ਅੱਛਾ ਇੱਕ ਜਿੰਦੀ ਲਾਈ ਪਈ ਉਹ ਭਾਂਡੇ ਪੁਰਾਣੇ ਇਹ ਜਿੰਦੀ ਤਾਂ ਨਹੀਂ ਟੁੱਟੀ ਮੈਂ ਕਿਹਾ ਵੀ ਮੈਂ ਤਾਂ ਲੱਗਿਆ ਮੈਂ ਕਿਹਾ ਵੀ ਦੇਖੀਏ ਇਹਦੇ ਚ ਕੀ ਆ ਤੇ ਉਹ ਫੇਰ ਮੁੜ ਕੇ ਖੇ ਲਾਤੀ ਸੀ ਮੈਂ ਕਿਹਾ ਲਾਈ ਉਹਦਾ ਖੇ ਭਾਂਡੇ ਹੋਰ ਤਾਂ ਕਿ ਲੈ ਜਾਣਗੇ ਮੈਂ ਕਿਹਾ ਲੈ ਜਾਣਗੇ ਇਹਦੇ ਕੰਮ ਹੋਣਗੇ ਆਪਣੇ ਦੇ ਕੰਮ ਹੋਣਗੇ 80 ਸਾਲਾਂ ਨੂੰ ਢੁਕਣ ਲੱਗੇ ਆ ਖਾਣੀ ਸਾਲਾਂ ਖਾਣੀ ਦੋਵਾਂ ਖਾਣੀ ਪੰਜਾਂ ਸੋ ਇੰਨਾ ਕੁਝ ਸਾਡੇ ਨਾ ਅਜੇ ਤੱਕ ਸੰਦੂਕਾਂ ਚ ਤਾੜਿਆ ਪਿਆ ਪੇਟੀਆਂ ਚ ਤਾੜਿਆ ਪਿਆ ਫਿਰ ਜਦੋਂ ਦੱਸਣ ਲੱਗੇ ਆ ਆਪਣਾ ਮਾਲੂਪੁਰੀ ਜੀ ਸਾਡੇ ਪਿੰਡ ਦਾ ਮਜ਼ਦੂਰ ਵਰਗ ਵੀ ਉਹ ਮੈਂ ਕਿਹਾ ਵੀ ਉਹਨਾਂ ਦਾ ਬਹੁਤ ਪੁਰਾਣਾ ਹਾਲਾ ਕਹਿੰਦੇ ਵੀ ਕੋਈ ਨਹੀਂ ਹੈਗਾ ਜਿਹਦੇ ਘਰੇ ਮੋਟਰਸਾਈਕਲ ਨਾ ਹੋਵੇ ਪੱਕੀ ਗੱਲ ਆ ਇਹ ਉਹ ਕਹਿੰਦੇ ਵੀ ਆ ਜਿਹੜਾ ਹੁਣ ਮੋਟਰਸਾਈਕਲ ਤੇ ਚੱਲਿਆ ਨਾ ਸਪਰੇਅ ਕਰਨ ਨੂੰ ਇਹਨੇ ਤੇਰੇ ਨਾਲ ਬੈਠਾ ਇਹਨਾਂ ਨੇ ਅੱਜ 3000 ਰੁਪਏ ਦਾ ਕੰਮ ਕਰਕੇ ਹੁਣ ਤੇ ਜਿਹਦਾ ਜਿਹਦੀ ਮਾਲਕੀ ਆ ਉਹ ਘਰੇ ਬੈਠਾ ਕਹਿੰਦਾ ਉਹ ਕਿਸੇ ਦੇ ਵਿਆਹ ਤੇ ਜਾ ਕੇ ਕਹਿੰਦਾ ਲੱਡੂ ਜਲੇਬੀਆਂ ਖਾਰੇ ਬਿਸਕੀ ਪੀਰੇ ਇਹ 3000 ਕਮਾਉਣਗੇ ਜਾਣਗੇ ਮੋਟਰਸਾਈਕਲ ਤੇ ਹੁਣ ਮੈਂ ਹਰ ਵਧਾ ਕੇ ਤਾਂ ਨਹੀਂ ਗੱਲ ਕਰਦੇ ਕਹਿੰਦੇ ਨਹੀਂ ਤੁਸੀਂ ਜਾ ਪੁਲ ਤੋਂ ਲੈ ਕੇ ਘਰ ਲੈਣ ਲੱਗ ਪਾ ਕੰਨਿਆਂ ਦੇ ਕੋਲੇ ਕਾਰ ਵੀ ਆ ਨਾਲ ਮੋਟਰਸਾਈਕਲ ਵੀ ਆ ਤੇ ਮੋਟਰਸਾਈਕਲ ਤਾਂ ਕਹਿੰਦੇ ਓੰਜ ਹੀ ਇਕਨੋਮਿਕ ਹਾਲਾ ਜਿਹਨੇ ਲੁਧਿਆਣੇ ਬਸਤੇ ਜਾਣਾ ਨਾ ਉਹ ਆਖੇ ਮਹਿੰਗਾ ਪੈਂਦਾ ਜਿਹੜੇ ਮੋਟਰਸਾਈਕਲ ਤੇ ਦੋ ਜਾਂਦੇ ਉਹਨਾਂ ਨੂੰ ਸਸਤਾ ਪੈਂਦਾ। ਸਾਡਾ ਆ ਨਵੀਂ ਗੱਲ ਹੀ ਸੁਣੀ। ਕਹਿੰਦੇ 30 ਰੁਪਏ ਲੱਗਦੇ ਆ ਹੁਣ ਜਿਗਰਾਵਾਂ ਦੇ ਤੇ 40 ਹਣੀ 50 ਰੁਪਏ ਲੱਗਦੇ ਗਾਂ ਲੋਦੇਣੇ ਦੇ। ਤੇ ਇੰਨੇ ਦੇ ਵਿੱਚ ਕਹਿੰਦਾ ਕਿ ਦੋ ਬੰਦੇ ਲੀਟਰ ਦੇ ਵਿੱਚ ਕਹਿੰਦੇ ਆ ਕਿ ਜਿਹੜਾ ਅੱਜ ਕੱਲ ਦੇ ਮੋਟਰਸਾਈਕਲ ਬਣੇ ਨਾ 50 60 ਕ ਕਿਲੋਮੀਟਰ ਚਲੇ ਜਾਂਦੇ ਆ ਉਹ। ਮੈਂ ਆਖਾ ਵੀ ਚਲੋ ਆਇਕ ਨਾਂਕ ਵੀ ਸਮਝ ਆ ਗਈ ਖਣੀ ਇਸੇ ਕਰਕੇ ਮੋਟਰਸਾਈਕਲ ਜਾਦੇ। ਕਹਿੰਦੇ ਜੇ ਦੇਣਾ ਵੀ ਮਤਲਬ ਇੱਕੋ ਇੱਕ ਵਾਰੀ ਤਾਂ 1500 ਰੁਪਏ ਦਿੰਦੇ ਆ ਕਿਸ ਤਾਂ ਵੱਜ ਜਾਂਦੀਆਂ। ਫਿਰ 5 500 ਕਰਕੇ ਲਾਈ ਚੱਲੋ ਜਿੰਨਾ ਚੇ ਮੋਟਰਸਾਈਕਲ ਚੱਲੂਗਾ ਉਹਨਾਂ ਚ ਲਾਈ ਚੱਲੋ ਲਾਈ ਚੱਲੋ ਤੋਂ ਇਸ ਤਰ੍ਹਾਂ ਦੀ ਇਕਨੋਮਿਕਸ ਸਾਡੇ ਕਿਰਤ ਤੋਂ ਟੁੱਟ ਚੁੱਕੇ ਲੋਕ ਕਸਰਤ ਤੋਂ ਟੁੱਟ ਚੁੱਕੇ ਨੌਜਵਾਨ ਔਰ ਵੰਡਖਾਨ ਤੋਂ ਟੁੱਟ ਚੁੱਕੇ ਖੋ ਲੈਣਾ ਬਿਨਾ ਕੀਤੇ ਹਾਸਲ ਹੋਣਾ ਕਰ ਲੈਣਾ ਪੋਲਿਟਿਸ਼ਨਾਂ ਨੇ ਵੋਟਾਂ ਖੇਈ ਲੈਣੀਆਂ ਕਿਸੇ ਢੰਗ ਨਾਲ ਖਰੀਦਣਾ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਬੋਲੀ ਦੇ ਨਾਂ ਤੇ ਨਹੀਂ ਤਾਂ ਚਲੋ ਪੈਸਾ ਨੇ ਖਰੀਦ ਲੋ ਨਹੀਂ ਤਾਂ ਨਸ਼ਾ ਨੂੰ ਸਾ ਦੇ ਕੇ ਹੀ ਖਰੀਦ ਲੋ ਨਹੀਂ ਤਾਂ ਡਰਾਗ ਹੀ ਖਰੀਦ ਲੋ ਨਹੀਂ ਤਾਂ ਐ ਕਰੋ ਜੇ ਨਹੀਂ ਤੁਹਾਨੂੰ ਪੈਂਦੀ ਤਾਂ ਅੰਦਰ ਕਰ ਦਿਓ ਤੋ ਇਹ ਹਾਲ ਆ ਤੋ ਇਹਦੇ ਵਿੱਚ ਦੀ ਅਸੀਂ ਜਿਉ ਰਹੇ ਆ ਤੇ ਮੈਂ ਭਵਿੱਖ ਬਾਰੇ ਕਦੇ ਵੀ ਨਿਰਾਸ਼ਾਵਾਦੀ ਨਹੀਂ ਆਸ਼ਾਵਾਦੀ ਰਹਿਣਾ ਕਿ ਦਿਨ ਚੰਗੇ ਆਉਣਗੇ ਸ਼ਾਲਾ ਚੰਗੇ ਦਿਨ ਆਉਣਗੇ ਚੰਗੇ ਦਿਨਾਂ ਨੂੰ ਮਹਿਸੂਸ ਕਰਨ ਦੀ ਲੋੜ ਆ ਤੁਸੀਂ ਸੋਹਣੇ ਵਸਤਰ ਪਾਏ ਬੈਠੇ ਹੋ ਸੋਹਣੇ ਸੋਹਣੇ ਹਾਰ ਸੰਗਾਰ ਕਰੀ ਬੈਠੇ ਹੋ ਸੋਹਣੇ ਕਮਰੇ 'ਚ ਬੈਠੇ ਹੋ ਸੋਹਣੇ ਘਰਾਂ 'ਚ ਰਹਿੰਦੇ ਹੋ ਫੇਰ ਵੀ ਪੁੱਛੋ ਤਾ ਉਹ ਰਾਜੇ ਦੇ ਦਰਬਾਰੀਆਂ ਵਾਂਗ ਅਸੀਂ ਜੀ ਪੂਰੇ ਖੁਸ਼ ਨਹੀਂ ਉਹ ਖੁਸ਼ੀ ਪਤਾ ਨਹੀਂ ਕਿੱਥੇ ਪਈ ਆ ਜਿਹੜੀ ਤੁਹਾਡੇ ਕੋਲ ਨਹੀਂ ਆ ਰਹੀ ਅਸੀਂ ਤਾਂ ਕਮਲ ਸਾਹਿਬ ਨੂੰ ਮਿਲਣ ਜਾਣਾ ਸਾਈਕਲਾਂ ਤੇ ਤੇ ਇੰਨੀ ਜੀ ਖੁਸ਼ ਹੋਣਾ ਵੀ ਅੱਜ ਕਮਲ ਸਾਹਿਬ ਨੂੰ ਮਿਲ ਕੇ ਆਉਣਾ ਖੋਸ਼ ਜਾਣਾ ਸਾਈਕਲਾਂ ਦੇ ਦੋ ਦੋ ਤਿੰਨ ਤਿੰਨ ਜਾਣੇ ਨੇ ਟੂਰਨਾਮੈਂਟ ਦੇਖਣ ਜਾਣਾ ਤੇ ਉੱਥੇ ਵੀ ਆਪਣੇ ਕੋਲੇ ਸਕੂਟਰ ਦਾ ਥੋੜੇ ਆ ਸਕੂਟਰ ਮੋਟਰਸਾਈਕਲ ਫਿਰ ਕਿਸੇ ਨੇ ਕਹਿਣਾ ਉਹ ਕੋਈ ਨਹੀਂ ਜਾ ਦੋ ਤਿੰਨ ਤਿੰਨ ਜਾਣੇ ਚੜ ਜਾਣਗੇ ਨਹੀਂ ਨਹੀਂ ਜੇ ਰਹਿਣ ਦੇ ਸਕੂਟਰ ਨਾਲ ਆਪਾਂ ਸਾਈਕਲਾਂ ਤੇ ਚੱਲਾਂਗੇ ਵੀ ਇਹ ਸਾਈਕਲਾਂ ਦਾ ਯਾਰ ਬਾੜਾ 15 20 ਮੀਲ ਜਾਣਾ 15 20 ਮੈਨੂੰ ਉਹ ਕਹਿੰਦੇ ਚਲੋ ਉਹਦਾ ਸਹੀ ਆਉਂਦਿਆਂ ਆਪਾਂ ਸਕੂਟਰ ਹੀ ਬਣੇ ਆਉਣਾ ਉਹ ਜਿਹੜੇ ਆਉਂਦਿਆਂ ਸਕੂਟਰ ਬਣੇ ਆਉਂਦਾ ਉਹ ਸਾਡਾ ਮਤਲਬ ਨਿੰਗਾ ਵਾਲਾ ਬੋਲਾ ਸੀ ਜੇ ਹੁੰਦੇ ਫਿਰ ਸਾਈਕਲਾਂ ਦੇ ਟੁੱਟੂ ਸੀਗੇ ਤੇ ਫਿਰ ਸਕੂਟਰ ਹੀ ਬਣ ਜਾਂਦੇ ਸੀ ਤੇ ਚਲੋ ਹੋਰ ਕੋਈ ਗੱਲ ਪੁੱਛੇ ਪੁੱਛ ਲਓ ਮੇਰਾ ਫਿਰ ਗੱਲਾਂ ਤਾਂ ਹੋ ਗਈਆਂ ਕਾਫੀ ਇਹੋ ਜਿਹੀਆਂ ਹੀ ਕਰੀ ਜਾਣੀਆਂ ਮੈਂ ਤਾਂ ਕੰਮਲੀਆਂ ਰਮਲੀਆਂ ਹੀ ਆ